हाँ जी भाई जी, सारे भीर सत श्रीकाल जी। संदीप डेयरी फार्म तो बहुत वेलकम है जी। अज की भीर जी विजिट हैगी अपनी पिंड शीह पाली जी, जिला फिरोजपुर पेंद तो तहसील जीरा, नज़दीक शहर माखू जी। इन्हें भीर ने पहली बार वीडियो बनाने लगे जी। आप हम बाई जी ने गलबात करें की प्राइस की मिल रिकॉर्ड आ, उस तो पहले रिक्वेस्ट करेंगे जी कि जेडे भीर अपने पहली वीडियो देख रहे, रिक्वेस्ट है कि अपने चैनल सबसक्राइब कर दी, तो घंटे बने जो दोबारा तक नई वीडियो आ सके। भीर जी एक होर रिक्वेस्ट आ, जो कि वीर पूरी तसली कराई चवाई कराए जी, करो टाइम तो अभी पास कराए जी। ठीक है जी, हम बाई जी ने आप गलबात कर दे जी। हम आप हाँ जी बाई जी, सत श्री अकाल जी। ਸਤਿ ਸ਼੍ਰੀ ਅਕਾਲ ਭਾਈ ਜੀ। ਬਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ। ਸਾਡਾ ਵੀ ਬਹੁਤ ਬਹੁਤ ਸਵਾਗਤ ਹੈ, ਸਾਡੇ ਪਿੰਡ ਆਏ ਜੀ। ਠੀਕ ਹੈ ਜੀ, ਤੇ ਬਾਈ ਜੀ ਪਹਿਲਾਂ ਇਹ ਦੱਸੋ ਵਪਾਰ ਕਰਦੇ ਜੀ? ਹਾਂਜੀ ਭਾਈ, ਵਪਾਰ ਕਰਦੇ। ਕਿੰਨਾ ਟਾਈਮ ਹੋ ਗਿਆ ਬਾਈ ਜੀ ਕਰਦੇ ਨੂੰ? ਸਾਨੂੰ ਭਾਈ ਵਪਾਰ ਪਹਿਲਾਂ ਮੇਰੇ ਡੈਡੀ ਹੁਣੀ ਕਰਦੇ ਸੀ। ਹਾਂਜੀ ਹਾਂਜੀ, ਉਹ ਹੁਣ ਬਾਹਰ ਚੱਲ ਕੇ ਤੁਹਾਨੂੰ ਅਸੀਂ ਕਰਦੇ ਹਾਂ, ਉਹ ਚੱਲੇ ਸਾਨੂੰ 2 ਸਾਲ। 2 ਸਾਲ ਹੋ ਗਏ? ਹਾਂਜੀ। ਤੇ ਮੱਝਾਂ ਗਾਈਆਂ ਦੋਵੇਂ ਜੀ? ਹਾਂ ਨਹੀਂ, ਮੱਝਾਂ ਨਹੀਂ ਹੈਗੀਆਂ, ਹੁਣ ਗਾਵਾਂ ਗਾਵਾਂ ਵੀ ਲਿਆ ਕਰਾਂਗੇ। ਅੱਛਾ, ਗਾਵਾਂ ਵੀ ਸ਼ੁਰੂ ਹੋ ਗਈ। ਚਲੋ ਬਾਈ ਜੀ ਆਪਣਾ ਨਾਮ ਬੋਲੋ ਜੀ। ਆਪਣਾ ਨਾਮ ਭਾਜੀ ਮੈਂ ਜਸਵਿੰਦਰ ਸਿੰਘ ਹੈ ਜੀ। ਹਾਂਜੀ, ਪਿੰਡ ਸਾਡਾ ਛੀਆਂ ਪਹਾੜੀ ਆ, ਠੀਕ ਹੈ ਜੀ, ਤਹਿਸੀਲ ਜੀਰਾ, ਠੀਕ ਹੈ। ਜ਼ਿਲ੍ਹਾ ਫਿਰੋਜ਼ਪੁਰ। ਫੋਨ ਨੰਬਰ ਬੋਲੋ ਜੀ। ਫੋਨ ਨੰਬਰ 98143 ਹਾਂਜੀ 7185। ਇੱਕ ਫਿਰ ਬੋਲੋ ਵੀਰ ਜੀ, 98143 ਹਾਂਜੀ 7185। ਇਸ ਟਾਈਮ ਤੇ ਮਈਆਂ ਸੇਲ ਹੈ ਜੀ? 2 ਆ ਜੀ। 2 ਆ ਜੀ, ਦੋਵੇਂ ਕੱਪਣਾ ਹੈ। ਅਸੀਂ ਦੋਵੇਂ ਕੱਪਣਾ, ਹਾਂਜੀ। ਚਲੋ ਵੀਰ ਜੀ, ਇਹਨੇ ਬਾਰੇ ਗੱਲ ਕਰਦੇ, ਇਹ ਕਿੰਨੇ ਟਾਈਮ ਦੀ ਕੱਪਣਾ ਵੀਰ ਜੀ? ਇਹ ਭਾਈ 15 ਦਿਨ ਲੈਂਦੀ ਹੈ। 15 ਦਿਨ ਲੈਂਦੀ ਹੈ? ਹਾਂਜੀ, ਠੀਕ ਹੈ ਜੀ। ਦੂਜੇ ਸੂਏ ਝੋਟੀ ਹੈ ਜੀ। ਤੇ ਬਾਈ ਜੀ ਰਿਕਾਰਡ ਪਤਾ ਕਿਤਾ ਪਿੱਛੋਂ ਕੀ ਕਿੰਨਾ ਕੁ ਰਿਕਾਰਡ ਹੈ ਜੀ? ਉਹ ਕਹਿੰਦੇ ਪਹਿਲੇ ਸੂਏ ਹੀ ਹੈ, ਸਿਰਫ 4 ਲੀਟਰ ਦੁੱਧ ਚੋਇਆ ਹੈ ਪਹਿਲੇ ਸੂਏ ਦਾ। ਹਾਂਜੀ, ਐ ਕਿ ਦੂਜਾ ਸੋਣੀ? ਹਾਂਜੀ, ਐ ਕਿ ਦੂਜਾ। ਤੇ ਕਿੰਨਾ ਟਾਈਮ ਲੈ ਜੂ? ਸਹੀ ਜੀ 15 ਦਿਨ ਕਿਹਾ। 15 ਦਿਨ ਪੂਰੇ ਲੈ ਜੂ? ਹਾਂਜੀ। ਤੇ ਵੀਰ ਜੀ ਫਿਰ ਖੋਲੋ ਜੀ, ਦਿਖਾਈਏ ਵੀਰ ਨੂੰ ਆਪਾਂ। ਲਓ ਵੀਰ ਜੀ ਦੇਖੋ, ਬਹੁਤ ਭਾਰੀ ਮੱਝ ਹੈ ਜੀ, ਤੇ ਬਾਕੀ ਥੰਲੇ ਵਾ ਦੇਖੋ, ਪਿਓਰ ਮੋਹਰਾ ਵਿੱਚ ਹੈ ਜੀ। ਆ ਦੇਖੋ, ਆ ਦੇਖੋ ਜੀ, ਆ ਦੇਖੋ, बस ले जाओ भाई, ले जाओ। तो भाई जी पास थोड़ी की हुई जी? थान तो सही बिल्कुल जी। आ देखो जी, थान तुम देखो जी कितना सोहना लगा। आ देखो, ठीक है। तो भाई जी फिर इसकी कीमत जी? कीमत जी भाई 90,000 रुपये। 90,000 रुपया, बाकी मौके थोड़ा पता जी, मानदा जरूर करोगे, ठीक है जी। तो इन्हें बारे दसो भाई जी। ਏ ਭਾਈ ਤੀਜੇ ਸੂਏ ਹੈ ਜੀ। ਠੀਕ ਹੈ ਜੀ। ਇਹ ਹਫਤੇ ਦੀ ਕੱਚੀ ਹੈ। ਇੱਕ ਹਫਤੇ ਦੀ ਕੱਚੀ ਹੈ ਜੀ, ਠੀਕ ਹੈ ਜੀ। ਤੇ ਇਹਦਾ ਰਿਕਾਰਡ ਕੀ ਸੀ ਭਾਈ ਜੀ? ਇਹਦਾ ਰਿਕਾਰਡ ਭਾਈ ਜਿੱਥੋਂ ਲਈ ਆ, ਹਾਂ ਜੀ, ਘਰ ਵਾਲੇ ਕਹਿੰਦੇ ਅਸੀਂ ਇਹ ਸਿਰਫ 16 ਲੀਟਰ ਚੋਇਆ। 16 ਲੀਟਰ? ਹਾਂ ਜੀ, ਦੂਜੇ ਸੂਏ। ਠੀਕ ਹੈ ਜੀ, ਤੀਜੇ ਸੂਏ ਸੋਣੀ ਹੈ ਜੀ। ਇਹ ਵੀ ਖੋਲੋ ਜੀ, ਵੀ ਜੀ ਇਹ ਦੇਖੋ, ਆ ਦੇਖੋ ਲੇਵਾ ਦੇਖੋ ਜੀ, ਇਹਦਾ ਵੀ ਬਹੁਤ ਸੋਹਣਾ ਲੇਵਾ ਜੀ। ਆ ਦੇਖੋ ਥਾਂ ਥੁਨ ਦੇਖੋ ਜੀ, ਆ ਦੇਖੋ ਲੈ ਜਾਓ ਜੀ। ਆ ਦੇਖੋ ਦੇਖੋ ਕਿੱਡੀ ਭਾਰੀ ਵਾਜਾ ਲੇਵਾ ਦੇਖੋ ਜੀ, ਪਾਂਡੀ ਬਣੀ ਵੀ ਥੱਲੇ ਤਾਂ। ਦੋਵੇਂ ਮਹੀਆਂ ਬਹੁਤ ਭਾਰੀਆਂ ਜੀ। ਆ ਦੇਖੋ ਜੀ, ਆਨੰਦ ਹੁੰਦਾ। ਆ ਜੀ ਬੰਦ ਹੋ ਵੀਰ ਜੀ, ਬੰਦ। ਤੇ ਵੀਰ ਜੀ ਫਿਰ ਇਹਦੀ ਕੀਮਤ ਜੀ? ਇਹਦੀ ਭਾਈ 1 ਲੱਖ ਰੁਪਇਆ ਕਰਦੇ। ਇਹਦੀ 1 ਲੱਖ ਰੁਪਇਆ? ਹਾਂਜੀ। ਤੇ ਜੇ ਵੀਰ ਜੀ ਦੋਵੇਂ ਇਕੱਠੀਆਂ ਲੈ ਕੇ ਜਾਵੇ ਫਿਰ ਕੋਈ ਮਾਨਤਨ ਕਰੋਗੇ ਪੂਰਾ? ਕੋਈ ਨਹੀਂ, ਫਿਰ ਇਕੱਠੀਆਂ ਦਾ ਕਰਨਾ ਜ਼ਰੂਰ ਕਰੋਗੇ? ਹਾਂਜੀ, ਠੀਕ ਹੈ। ਇੱਕ ਤੁਹਾਡਾ ਸਿਸਟਮ ਬਹੁਤ ਵਧੀਆ ਬਣਾਇਆ ਜੀ ਫੁਹਾਰਾ ਵਾਲਾ। ਤੇ ਵੀਰ ਜੀ ਕਿੰਨੇ ਪੈਸੇ ਲੱਗੇ ਜੀ ਇਹਦੇ ਚੋਂ? ਭਾਈ ਇਹ 2,000 ਰੁਪਇਆ ਲੱਗਾ ਜੀ। 2,000 ਲੱਗਾ ਹੈ ਜੀ, ਠੀਕ ਹੈ ਜੀ। ਆ ਪਾਣੀ ਸਿਸਟਮ ਆ ਗਿਆ ਹੈ ਜੀ, ਹਾਂਜੀ, ਤੇ ਪੂਰਾ ਠੰਡਾ ਹੋ ਜਾਂਦਾ। ਚਲਾ ਇਹ ਮਾੜਾ ਵੀ ਜੀ, ਅੱਛਾ ਐਟੋਮੈਟਿਕ ਸਿਸਟਮ ਹੈ ਜੀ ਇਹ, ਆਪੇ ਬੰਦ ਹੋ ਜਾਂਦੇ? ਨਹੀਂ ਸੋਚਣਾ, ਟਾਈਮ ਨਹੀਂ ਲਾਇਆ ਉਹ। ਹਾਂਜੀ ਹਾਂਜੀ ਹਾਂਜੀ, ਬਸ ਕਰ ਦਿਓ ਬੰਦ ਜੀ, ਕਰ ਦਿਓ, ਠੀਕ ਹੈ। ਚਲੋ ਵੀਰ ਜੀ ਫਿਰ ਨੰਬਰ ਆਪਣਾ ਇੱਕ ਵਾਰੀ ਫਿਰ ਬੋਲੋ ਜੀ। ਨੰਬਰ ਭਾਈ 98143। ਹਾਂਜੀ, 7185। ਇਹੀ ਨੰਬਰ ਵਟਸਐਪ ਚੱਲ? ਹਾਂਜੀ, ਇਸੇ ਤੇ ਵਟਸਐਪ ਚੱਲ। ਚਲੋ ਜਿਸ ਤਰ੍ਹਾਂ ਹੀ ਗੱਲਬਾਤ ਤੁਸੀਂ ਕਰ ਲਈ, ਠੀਕ ਹੈ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।